ਦੀ 7 ਨੂੰ 23 ਨੂੰ ਪਰਮਜੀਤ ਕੌਰ ਪਤਨੀ ਭੁਪਿੰਦਰ ਸਿੰਘ ਵਾਸੀ ਕਲਿਆਣਪੁਰ ਮੋੜ ਲਣੀਏ ਦੇ ਰਹਿਣ ਵਾਲੇ ਆ। ਕਲਿਆਣਪੁਰ ਮੋੜ 'ਤੇ ਇਹਨਾਂ ਨੇ ਆਪਣਾ ਘਰ ਬਣਾਇਆ। ਇਹਨਾਂ ਦੇ ਜਿਹੜੇ ਬਜ਼ੁਰਗ ਸੀਗੇ ਉਹ ਕਾਫੀ ਬਿਮਾਰ ਸੀ, ਇਹਨਾਂ ਦੀ ਫਿਜੀਓਥਰਾਪੀ ਜਿਹੜੀ ਉਹ ਕਰਵਾਉਂਦੇ ਰਹੇ ਆਪਣੇ ਵਿਨੇ ਨੰਦਾ ਜੀ, ਸ਼ਾਲੂ ਨੰਦਾ, ਇਹਨਾਂ ਦੇ ਨਾਲ ਇਹਨਾਂ ਦੇ ਇੱਕ ਡਰਾਈਵਰ ਮੁੰਡਾ ਸੁਖਦੇਵ ਸਿੰਘ ਆ। ਇਹ ਤਿੰਨੇ ਜਣੇ ਜਾ ਕੇ ਉੱਥੇ ਇਹਨਾਂ ਦੇ ਘਰ ਪਹਿਲਾਂ ਤਾਂ ਇਹਨਾਂ ਨੂੰ ਕਲੀਨਿਕ 'ਤੇ ਵਿਖਾਉਂਦੇ ਰਹੇ। ਉਹਨਾਂ ਨੂੰ ਲਿਆਉਣ ਦਾ ਇੱਕ ਬਹਾਨਾ ਬਣਾਇਆ ਜੀ ਆਪਾਂ ਇਹਨੂੰ ਘਰ ਹੀ ਆਪਾਂ ਜੀ ਜਿਹੜੀ ਇਹਦੀ ਫਿਜੀਓਥਰਾਪੀ ਉਹ ਕਰਾਂਗੇ। ਘਰ ਦੇ ਵਿੱਚ ਇਹਨਾਂ ਨੇ ਕੁਝ ਸਮਾਂ ਘਰ 'ਚ ਕੀਤਾ ਇਹਨਾਂ ਨੇ ਫਿਜੀਓਥਰਾਪੀ, ਉਹਦੀ ਡੇਲੀ ਆਉਣਾ ਜਾਣਾ ਬਣਾ ਕੇ ਉਹਨਾਂ ਦੇ ਘਰ ਇਹਨਾਂ ਨੂੰ ਚਾਹ ਦੇ ਵਿੱਚ ਕੋਈ ਨਸ਼ੀਲੀ ਦਵਾਈ ਦੇ ਕੇ ਅਤੇ ਜਿਹੜਾ ਉਹਨਾਂ ਦੇ ਘਰ 'ਚੋਂ ਗਹਿਣੇ ਕੋਈ ਤਕਰੀਬਨ 70 ਗ੍ਰਾਮ ਗਹਿਣੇ ਜਿਹੜੇ ਮਦਈ ਦੇ ਕਹਿਣ ਮੁਤਾਬਕ ਉਹ ਇਹਨਾਂ ਨੇ ਚੋਰੀ ਕਰ ਲਏ ਔਰ ਬੇਹੋਸ਼ੀ ਦੀ ਹਾਲਤ 'ਚ ਉਹਨਾਂ ਨੂੰ ਛੱਡ ਕੇ ਉੱਥੋਂ ਇਹ ਦੌੜੇ ਆ। ਕੁਝ ਰੁਪਈਏ ਵੀ ਜਿਹੜੇ ਕੋਈ 60-65 ਹਜ਼ਾਰ ਰੁਪਈਆ ਦੱਸਦੇ ਅਲਮਾਰੀ ਦੇ ਵਿੱਚੋਂ ਉਹਨਾਂ ਨੇ ਕੱਢ ਲਿਆ। ਇਹ 24/9/23 ਨੂੰ ਮੁਕਦਮਾ ਦਰਜ ਕੀਤਾ ਜਦੋਂ ਦੇ ਭਗੌੜੇ ਚਲੇ ਜਾ ਰਹੇ ਸੀ। ਕੱਲ੍ਹ ਇਹਨਾਂ 'ਤੇ ਸੋਰਸਿਸ ਲਗਾਏ ਸੀਗੇ ਅਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ। ਇਹ ਉਨੇ ਤੋਂ ਆ ਰਹੇ ਇਹਨਾਂ ਨੇ ਚਾਰ ਜਗ੍ਹਾ 'ਤੇ ਇਹਨਾਂ ਨੇ ਇਹੋ ਜਿਹੀਆਂ ਠੱਗੀਆਂ ਮਾਰੀਆਂ ਨੇ ਜੀ। ਚੋਰੀ ਕੀਤਾ ਸਮਾਨ ਸ਼੍ਰੀ ਹਰਗੋਬਿੰਦਪੁਰ 'ਚ ਮੁਕਦਮਾ ਦਰਜ ਆ ਜੀ। ਥਾਣਾ ਸਿਟੀ ਮਾਨਕੌਰ ਸਿੰਘ ਏਰੀਏ ਦੇ ਵਿੱਚ ਵੀ ਇਹਨਾਂ ਕੀਤਾ ਅਤੇ ਥਾਣਾ ਸਿਟੀ 'ਚ ਮੁਕਦਮਾ ਦਰਜ ਆ ਜੀ। ਇੱਕ ਮੁਕਦਮਾ ਸਾਡੇ ਦਰਜ ਆ, ਇੱਕ ਕੱਲ੍ਹ ਵੀ ਇੱਕ ਜਿੱਥੋਂ ਕਿਤੇ ਆ ਰਹੇ ਆ ਛੱਕੀ ਹਾਲਤ 'ਚ ਆ ਰਹੇ ਸੀ। ਹੋ ਸਕਦਾ ਉੱਥੇ ਵੀ ਕੋਈ ਹਿਮਾਚਲ 'ਚ ਇਹਨਾਂ ਨੇ ਕੋਈ ਇਹੋ ਜਿਹੀ ਵਾਰਦਾਤ ਨੂੰ ਅੰਜਾਮ ਦਿੱਤਾ ਹੋਵੇ। ਤਸਦੀਕ ਕੀਤਾ ਜਾ ਰਿਹਾ ਆ ਇਹਦਾ ਨਾਂ ਜਿਹੜਾ ਜੈਂਟ ਸਿੰਘ ਦਾ ਨਾਂ ਵਿਨੇ ਨੰਦਾ ਵਾ, ਉਹਦੀ ਵਾਈਫ ਹੀ ਆ ਨਾਲ, ਉਹਦਾ ਨਾਂ ਸ਼ਾਲੂ ਨੰਦਾ, ਜਿਹੜੇ ਨਾਲ ਤੀਸਰਾ ਵਾ ਉਹ ਅਕਿਊਜ਼ਡ ਆ, ਉਹ ਸੁਖਦੇਵ ਸਿੰਘ ਆ। ਉਹਦੇ ਬਾਰੇ ਤਸਦੀਕ ਕਰ ਰਹੇ ਹਾਂ ਕਿ ਉਹ ਕੀ ਉਹ ਇਹ ਵਾਰਦਾਤ ਦੇ ਅੰਜਾਮ ਦੇਣ ਦੇ ਵਿੱਚ ਉਹਦਾ ਕੋਈ ਹੱਥ ਸੀ ਕਿ ਜਾਂ ਉਹ ਡਰਾਈਵਰੀ ਕਰਦਾ। ਕੋਲੋਂ 70 ਗ੍ਰਾਮ ਸੋਨੇ ਦੇ ਵਿੱਚੋਂ 13 ਗ੍ਰਾਮ ਸੋਨਾ ਜਿਹੜਾ ਰਿਕਵਰ ਹੋ ਚੁੱਕਾ। ਬਾਕੀ ਜਿਹੜਾ ਇਹਦਾ ਕਮਰ ਸਾਰੇ ਕਿਰਾਏ 'ਤੇ ਘਰ ਲੈ ਕੇ ਰਹਿ ਰਹੇ ਸੀਗੇ, ਉੱਥੇ ਉਹਦੇ ਘਰ ਦਾ ਪਤਾ ਲਾਇਆ ਜਾ ਰਿਹਾ। ਇੱਕ ਦਿਨ ਦਾ ਪੁਲਿਸ ਰਿਮਾਂਡ ਇਹਨਾਂ ਦਾ ਲਿਆ ਔਰ ਉੱਥੋਂ ਜਾ ਕੇ ਜੋ ਵੀ ਰਿਕਵਰੀ ਹੋਊਗੀ ਉਹ ਸਭਾ ਮਿਸਲ 'ਤੇ ਲਿਆਂਦੀ ਜਾਊਗੀ ਔਰ ਕੋਸ਼ਿਸ਼ ਕੀਤੀ ਜਾਊਗੀ ਵੱਧ ਤੋਂ ਵੱਧ ਜਿੰਨਾ ਵੀ ਇਹਨਾਂ ਨੇ ਲੁੱਟ ਦਾ ਮਾਲ ਆਪਣੇ ਕੋਲ ਰੱਖਿਆ ਆ ਉਹ ਸਾਰਾ ਰਿਕਵਰ ਕਰਕੇ ਜਿਹੜਾ ਆ ਮਦਈਆਂ ਦੇ ਹੈਂਡ ਓਵਰ ਕੀਤਾ ਜਾਊਗਾ ਜੀ, ਪਰਮਿਸ਼ਨ ਕੋਰਟ ਦੀ ਪਰਮਿਸ਼ਨ ਦੇ ਤਹਿਤ।